ਹੈਲੋ ਦੋਸਤੋ ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਾਫੀ ਸਟੂਡੈਂਟਸ ਸਾਨੂੰ ਮੈਸੇਜ ਕਰ ਰਹੇ ਸੀ ਕਿ ਜਿਹੜੀ ਇੰਡੀਆ ਦੀ ਹਿਸਟਰੀ ਹੈ ਹਨਾ ਵੀ ਉਹ ਆਪਾਂ ਸ਼ੁਰੂ ਕਰੀਏ ਉਹ ਵੀ ਪੰਜਾਬੀ ਦੇ ਵਿੱਚ ਠੀਕ ਹੈ ਨਾ ਰੀਜਨਲ ਆਪਣੀ ਜਿਹੜੀ ਲੈਂਗੁਏਜ ਹੈ ਰੀਜਨਲ ਲੈਂਗੁਏਜ ਹੈ ਉਹਦੇ ਵਿੱਚ ਕਿਉਂਕਿ YouTube ਦੇ ਉੱਤੇ ਜਾਂ ਤਾਂ ਹਿੰਦੀ ਦੇ ਵਿੱਚ ਮਿਲਦੀ ਹੈ ਕੰਪਲੀਟ ਹਿਸਟਰੀ ਜਾਂ ਫਿਰ ਇੰਗਲਿਸ਼ ਦੇ ਵਿੱਚ ਠੀਕ ਹੈ ਨਾ ਤਾਂ ਇਹ ਪ੍ਰੋਬਲਮ ਹੈ ਜਿਹੜੀ ਤੁਹਾਡੀ ਆਪਾਂ ਨੇ ਸੋਲਵ ਕਰਤੀ ਠੀਕ ਹੈ ਆਪਣੀ ਸਾਰੀ ਜਿਹੜੀ ਹਿਸਟਰੀ ਹੈ ਤਿੰਨੇ ਹਿਸਟਰੀਆਂ ਆਪਣੀ ਠੀਕ ਹੈ ਨਾ ਪ੍ਰਾਚੀਨ ਇਤਿਹਾਸ ਵੀ ਆਧੁਨਿਕ ਇਤਿਹਾਸ ਵੀ ਤੇ ਜਿਹੜਾ ਮੱਧਕਾਲੀਨ ਇਤਿਹਾਸ ਹੈ ਉਹ ਵੀ ਆਪਾਂ ਨੇ YouTube ਦੇ ਉੱਤੇ ਤੁਹਾਨੂੰ ਪੜਾਉਣਾ ਹੈ ਠੀਕ ਹੈ ਜੀ ਵੈਸੇ ਤਾਂ ਇਹ ਜਿਹੜੀ ਇੰਡੀਅਨ ਹਿਸਟਰੀ ਹੈ ਠੀਕ ਹੈ ਇਹ ਆਪਾਂ ਪੜਾਵਾਂਗੇ ਪੰਜਾਬੀ ਦੇ ਵਿੱਚ ਬਟ ਇਹ ਨਹੀਂ ਕਿ ਇਹ ਸਿਰਫ ਪੰਜਾਬ ਦੇ ਲਈ ਇੰਪੋਰਟੈਂਟ ਹੈ ਠੀਕ ਹੈ ਨਾ ਇਹ ਵੀਡੀਓ ਸੀਰੀਜ਼ ਤੁਹਾਨੂੰ ਇੰਡੀਆ ਦਾ ਕੋਈ ਵੀ ਐਗਜ਼ਾਮ ਹੈ ਸਾਰਿਆਂ ਦੇ ਲਈ ਤੁਹਾਨੂੰ ਵਧੀਆ ਹੀ ਰਹੂਗੀ ਠੀਕ ਹੈ ਨਾ ਤਾਂ ਆਪਾਂ ਸ਼ੁਰੂ ਕਰਦੇ ਹਾਂ ਬਾਕੀ ਆਪਣੀ ਜਿਹੜੀ ਐਪ ਹੈ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਹਦੇ ਉੱਤੇ ਪੰਜਾਬ ਦੇ ਜਿਹੜੀ ਐਗਜ਼ਾਮਸ ਨਿਕਲੇ ਹੋਏ ਨੇ ਸਾਰੇ ਹਨਾ ਤੇ ਜਿਹੜੇ ਪੰਜਾਬ ਪੁਲਿਸ ਦੇ ਐਗਜ਼ਾਮ ਆਣੇ ਆ ਉਹਨਾਂ ਦੇ ਵੀ ਕੋਰਸ ਆਪਾਂ ਨੇ ਸ਼ੁਰੂ ਕਰੇ ਹੋਏ ਆ ਉਹ ਤੁਸੀਂ ਉੱਥੋਂ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜਿਹੜੀ ਇਹ ਵਾਲੀ ਸੀਰੀਜ਼ ਹੈ ਇਹ ਤੁਹਾਨੂੰ ਫ੍ਰੀ ਆਫ ਕੋਸਟ YouTube ਦੇ ਉੱਤੇ ਆਪਾਂ ਨੇ ਪ੍ਰੋਵਾਈਡ ਕਰਤੀ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਆ ਇਹ ਸਾਡਾ Instagram ਅਕਾਊਂਟ ਹੈ ਬਈ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਹੋਰ ਸਮੱਸਿਆ ਜਾਂ ਫਿਰ ਕੋਈ ਹੋਰ ਕੁਇਰੀ ਹੈ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਐਪ ਦੇ ਉੱਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਡਾਇਰੈਕਟ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਨਾ ਬਾਕੀ ਟੈਲੀਗ੍ਰam ਦੇ ਉੱਤੇ ਵੀ ਸਾਡਾ ਜਿਹੜਾ ਅਕਾਊਂਟ ਹੈ ਚੈਨਲ ਹੈ ਹਨਾ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਠੀਕ ਹੈ ਜੀ ਤਾਂ ਆਪਾਂ ਹਿਸਟਰੀ ਸ਼ੁਰੂ ਕਰਦੇ ਹਾਂ ਬਈ ਠੀਕ ਹੈ ਹਿਸਟਰੀ ਨੂੰ ਲੈ ਕੇ ਯਾਰ ਕਾਫੀ ਜਿਹੜੇ ਸਟੂਡੈਂਟ ਨੇ ਹਨਾ ਡਰਦੇ ਬਹੁਤ ਨੇ ਮੈਂ ਇਥੇ ਆਫਲਾਈਨ ਵੀ ਜਦੋਂ ਪੜ੍ਹਾਉਂਦਾ ਹਨਾ ਆਫਲਾਈਨ ਵੀ ਸਟੂਡੈਂਟ ਦਾ ਇਹੀ ਮਤਲਬ ਰਿਐਕਸ਼ਨ ਇਹੀ ਹੁੰਦਾ ਵੀ ਸਰ ਇਹਦਾ ਬਹੁਤ ਲੈਂਥੀ ਸਬਜੈਕਟ ਹੈ ਇਹ ਆਪਣੀ ਵਸਤੋਂ ਬਾਹਰ ਹੈ ਠੀਕ ਹੈ ਨਾ ਉਹ ਕੀ ਕਰਦੇ ਆ ਮੇਨ ਮੇਨ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਨੇ ਬਸ ਉਹਨਾਂ ਨੂੰ ਰਟ ਕੇ ਰੱਖਦੇ ਆ ਕਿਉਂਕਿ ਕੰਪਲੀਟਲੀ ਹਿਸਟਰੀ ਜਿਹੜੀ ਹੈਗੀ ਆ ਬਹੁਤ ਮਤਲਬ ਵੱਡਾ ਸਬਜੈਕਟ ਹੈ ਫਿਰ ਉਪਰੋ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਨੇ ਡਿਵਾਈਡ ਵੀ ਕਰਤਾ ਹਨਾ ਪ੍ਰਾਚੀਨ ਅਲੱਗ ਹੋ ਗਿਆ ਮੱਧਕਾਲੀਨ ਅਲੱਗ ਹੋ ਗਿਆ ਤੇ ਆਧੁਨਿਕ ਅਲੱਗ ਹੋ ਗਿਆ ਹਨਾ ਤਾਂ ਇਹਨੂੰ ਆਪਾਂ ਪੂਰਾ ਡਿਟੇਲ ਚ ਸਟੱਡੀ ਕਰ ਕੋਈ ਸਮੱਸਿਆ ਜਾਂ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਤੁਹਾਨੂੰ ਹਿਸਟਰੀ ਦੇ ਵਿੱਚ ਨਹੀਂ ਮਿਲੂਗੀ ਠੀਕ ਹੈ ਨਾ ਤੇ ਜਿੰਨੇ ਵੀ ਕੁਐਸਚਨ ਬਣਦੇ ਆ ਉਹ ਵੀ ਤੁਹਾਨੂੰ ਇਸ ਤੋਂ ਅਲੱਗ ਆਪਾਂ ਇੱਕ ਵੀਡੀਓ ਸੀਰੀਜ਼ ਹੋਰ ਸ਼ੁਰੂ ਕਰ ਲਾਂਗੇ ਕਿ ਇੱਥੇ ਆਪਾਂ ਕੰਪਲੀਟ ਥਿਉਰੀ ਵਾਈਜ਼ ਪੜਾਂਗੇ ਉਸ ਤੋਂ ਆਪਾਂ ਸਿੱਦੇ ਐਮਸੀਕਿਊ ਕਰਾਂਗੇ ਹਿਸਟਰੀ ਦੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਹਿਸਟਰੀ ਦੇ ਵਿੱਚ ਠੀਕ ਹੈ ਭਾਵੇਂ ਤੁਸੀਂ ਜਿਹੜਾ ਮਰਜ਼ੀ ਐਗਜ਼ਾਮ ਦਿਓ ਕਲੀਅਰ ਹੈ ਤਾਂ ਹਿਸਟਰੀ ਯਾਨੀ ਇਤਿਹਾਸ ਇਹ ਕੀ ਹੈ ਕੀ ਆ ਆ ਦੇਖੋ ਇਹਨੂੰ ਆਪਾਂ ਅਲੱਗ ਕਰ ਲੈਂਦੇ ਆ ਠੀਕ ਹੈ ਨਾ ਸਟੋਰੀ ਸਮਝੋ ਬਸ ਇੱਕ ਤਰ੍ਹਾਂ ਦੀ ਸਟੋਰੀ ਸਮਝੋ ਤੇ ਆਪਾਂ ਨੇ ਇਹਨੂੰ ਸਟੋਰੀ ਵਾਈਜ਼ ਹੀ ਯਾਦ ਕਰਨਾ ਹੈ ਟੈਨਸ਼ਨ ਫਰੀ ਹੋ ਕੇ ਠੀਕ ਹੈ ਜੀ ਤੇ ਇਹਨੂੰ ਸਟੋਰੀ ਵਾਈਜ਼ ਹੀ ਆਪਾਂ ਯਾਦ ਕਰਾਂਗੇ ਕੋਈ ਚੱਕਰ ਨਹੀਂ ਤਾਂ ਦੇਖੋ ਵੀ ਸਭ ਤੋਂ ਪਹਿਲਾਂ ਹਿਸਟਰੀ ਬਾਰੇ ਇਹ ਜਾਣੋ ਕਿ ਹਿਸਟਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਤਾਂ ਹਿਸਟਰੀ ਤਿੰਨ ਤਰ੍ਹਾਂ ਦੀ ਹੈ ਇੱਕ ਪ੍ਰੀ ਹਿਸਟਰੀ ਪ੍ਰੋਟੋ ਹਿਸਟਰੀ ਤੇ ਹਿਸਟਰੀ ਠੀਕ ਹੈ ਨਾ ਪ੍ਰੀ ਹਿਸਟਰੀ ਕਿਹੜੀ ਹੈ ਪ੍ਰੋਟੋ ਕਿਹੜੀ ਹੈ ਤੇ ਹਿਸਟਰੀ ਕਿਹੜੀ ਹੈ ਦੇਖੋ ਪ੍ਰੀ ਹਿਸਟਰੀ 올 ਹਿਸਟਰੀ ਨੂੰ ਆਪਾਂ ਕਹਿੰਦੇ ਆ ਜਦੋਂ ਜਿਸ ਕਾਲ ਬਾਰੇ ਹਨਾ ਸਾਨੂੰ ਸਿਰਫ ਖੁਦਾਈ ਤੋਂ ਜਿਹੜੀ ਚੀਜ਼ਾਂ ਪ੍ਰਾਪਤ ਹੋਈਆਂ ਨੇ ਹਨਾ ਉਹੀ ਮਿਲੀਆਂ ਨੇ ਤੇ ਉਸ ਟਾਈਮ ਦੀ ਸਾਨੂੰ ਕੋਈ ਲੈਂਗੁਏਜ ਦਾ ਨਹੀਂ ਪਤਾ ਠੀਕ ਹੈ ਕੋਈ ਲਿਪੀ ਨਹੀਂ ਸਾਨੂੰ ਪ੍ਰਾਪਤ ਹੋਈ ਕੋਈ ਰਿਟਨ ਚ ਕੋਈ ਡਾਕੂਮੈਂਟ ਨਹੀਂ ਬਸ ਸਾਨੂੰ ਖੁਦਾਈ ਚੋਂ ਧਰਤੀ ਤੋਂ ਹਜ਼ਾਰਾਂ ਸਾਲ ਪੁਰਾਣੀ ਲੱਖਾਂ ਸਾਲ ਪੁਰਾਣੀ ਕੋਈ ਚੀਜ਼ ਮਿਲੀ ਹੈ ਤੇ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਤਾਂ ਉਹ ਉਸ ਕਾਲ ਬਾਰੇ ਆਪਾਂ ਸਿਰਫ ਆਈਡੀਆ ਲਗਾ ਸਕਦੇ ਹਾਂ ਠੀਕ ਹੈ ਨਾ ਤਾਂ ਉਹ ਜਿਹੜੀ ਹਿਸਟਰੀ ਹੈ ਉਹ ਕਿਹੜੀ ਹਿਸਟਰੀ ਦੇ ਵਿੱਚ ਆਊਗੀ ਪ੍ਰੀ ਹਿਸਟਰੀ ਦੇ ਵਿੱਚ ਆਉਗੀ ਠੀਕ ਹੈ ਨਾ ਪ੍ਰੀ ਹਿਸਟਰੀ ਕਿਹੜੀ ਹੁੰਦੀ ਹੈ ਜਿਹਦੇ ਬਾਰੇ ਸਾਨੂੰ ਕੋਈ ਰਿਟਰਨ ਡਾਕੂਮੈਂਟ ਨਹੀਂ ਹੈਗਾ ਉਹਨਾਂ ਦਾ ਕੋਈ ਉਹਨਾਂ ਦੀ ਬੋਲੀ ਕੋਈ ਲਿਪੀ ਸਾਨੂੰ ਕੁਝ ਨਹੀਂ ਪਤਾ ਸਿਰਫ ਖੁਦਾਈ ਚੋਂ ਵਸਤੂਆਂ ਪ੍ਰਾਪਤ ਹੋਈਆਂ ਨੇ ਬਸ ਠੀਕ ਹੈ ਨਾ ਉਹਨਾਂ ਤੋਂ ਹੀ ਆਪਾਂ ਨੇ ਸਟੋਰੀਆਂ ਬਣਾਈਆਂ ਠੀਕ ਹੈ ਤਾਂ ਉਹ ਪ੍ਰੀ ਹਿਸਟਰੀ ਹੁੰਦੀ ਹੈ ਇੱਕ ਹੁੰਦੀ ਹੈ ਪ੍ਰੋਟੋ ਹਿਸਟਰੀ ਪ੍ਰੋਟੋ ਹਿਸਟਰੀ ਕਿਹੜੀ ਹੁੰਦੀ ਹੈ ਭਾਈ ਪ੍ਰੋਟੋ ਹਿਸਟਰੀ ਉਹ ਵਾਲੀ ਹਿਸਟਰੀ ਹੈ ਜਿਹਦੇ ਬਾਰੇ ਸਾਨੂੰ ਜਾਂ ਜਿਸ ਕਾਲ ਬਾਰੇ ਸਾਨੂੰ ਉਹਨਾਂ ਦੀ ਲਿਪੀ ਦਾ ਪਤਾ ਲੱਗ ਗਿਆ ਠੀਕ ਹੈ ਨਾ ਬਟ ਉਹ ਹਲੇ ਤੱਕ ਪੜੀ ਨਹੀਂ ਗਈ ਠੀਕ ਹੈ ਉਹਨਾਂ ਦੇ ਕੋਈ ਰਿਟਰਨ ਡਾਕੂਮੈਂਟ ਭਾਵੇਂ ਉਹ ਮੋਰਾ ਹੋਣ ਹਨਾ ਜਾਂ ਫਿਰ ਉਸ ਕਾਲ ਦੇ ਕੋਈ ਵੀ ਅਸੀਲਾ ਲੇਖ ਵਗੈਰਾ ਪੱਥਰਾਂ ਦੇ ਕੁਝ ਉਹਨਾਂ ਨੇ ਲਿਖਿਆ ਹੋਇਆ ਉਹ ਸਾਰਾ ਸਾਨੂੰ ਮਿਲ ਜੂਗਾ ਲਿਖਿਆ ਹੋਇਆ ਬਟ ਸਾਨੂੰ ਕੀ ਲਿਖਿਆ ਹੋਇਆ ਇਹ ਹਲੇ ਤੱਕ ਨਹੀਂ ਪਤਾ ਲੱਗਿਆ ਠੀਕ ਹੈ ਨਾ ਆਪਾਂ ਨੇ ਉਹ ਪੜੀ ਨਹੀਂ ਠੀਕ ਹੈ ਨਾ ਅਸੀਂ ਪੜ ਸਕਦੇ ਹਾਂ ਉਹਨਾਂ ਨੂੰ ਕਿਉਂਕਿ ਉਸ ਟਾਈਮ ਜਿਹੜੀ ਲਿਪੀ ਵਰਤੀ ਜਾਂਦੀ ਸੀ ਉਹ ਅੱਜ ਦੇ ਕਿਸੇ ਵੀ ਤੁਸੀਂ ਕਹਿ ਸਕਦੇ ਹੋ ਜਿਹੜੇ ਇਹ ਹੁੰਦੇ ਆ ਆਰਕੀਓਲੋਜੀਸਟ ਹੁੰਦੇ ਆ ਇਹਨਾਂ ਦੀ ਸਮਝ ਤੋਂ ਬਾਹਰ ਹੈ ਠੀਕ ਹੈ ਨਾ ਤਾਂ ਫਿਰ ਉਹ ਆਪਾਂ ਪ੍ਰੋਟੋ ਹਿਸਟਰੀ ਦੀ ਕੈਟਾਗਰੀ ਦੇ ਵਿੱਚ ਰੱਖਦੇ ਆ ਠੀਕ ਹੈ ਤਾਂ ਪ੍ਰੀ ਹਿਸਟਰੀ ਪ੍ਰੋਟੋ ਹਿਸਟਰੀ ਦੇ ਵਿੱਚ ਆਹੀ ਫਰਕ ਹੈ ਇਸ ਦੀ ਤਾਂ ਸਾਨੂੰ ਕੋਈ ਲਿਪੀ ਵੀ ਨਹੀਂ ਮਿਲੀ ਠੀਕ ਹੈ ਨਾ ਤੇ ਇਹਦੀ ਲਿਪੀ ਮਿਲੀ ਹੈ ਇਹਨੂੰ ਆਪਾਂ ਨੇ ਪੜਨੀ ਪੜੀ ਨਹੀਂ ਹੋਈ ਆਪਾਂ ਨੇ ਠੀਕ ਹੈ ਨਾ ਤਾਂ ਇਹ ਪ੍ਰੋਟੋ ਹਿਸਟਰੀ ਹੋਗੀ ਹਿਸਟਰੀ ਕੀ ਹੁੰਦੀ ਹੈ ਬਈ ਹਿਸਟਰੀ ਹੁੰਦੀ ਹੈ ਜਿਨ੍ਹਾਂ ਦੇ ਰਿਟਨ ਡਾਕੂਮੈਂਟ ਆਪਾਂ ਨੇ ਪੜ ਲਏ ਠੀਕ ਹੈ ਨਾ ਆਪਾਂ ਨੇ ਪੜ ਕੇ ਇਹ ਦੱਸਦਾ ਵੀ ਉਸ ਟਾਈਮ ਕੀ ਕੀ ਹੁੰਦਾ ਸੀ ਠੀਕ ਹੈ ਨਾ ਜੋ ਵੀ ਬੁੱਕਸ ਵਗੈਰਾ ਨੇ ਜਾਂ ਜੋ ਵੀ ਖੁਦਾਈ ਚੋਂ ਸਾਨੂੰ ਮੋਹਰੇ ਵਗੈਰਾ ਜਾਂ ਪੱਥਰ ਵਗੈਰਾ ਤੇ ਲਿਖਿਆ ਹੋਇਆ ਕੁਝ ਵੀ ਇਹਨਾਂ ਦਾ ਮਿਲਿਆ ਉਹ ਆਪਾਂ ਨੇ ਪੜ ਕੇ ਕਲੀਅਰ ਕਰ ਲਿਆ ਠੀਕ ਹੈ ਨਾ ਤਾਂ ਉਹ ਹੁੰਦੀ ਹੈ ਹਿਸਟਰੀ ਤਾਂ ਇਹ ਤਿੰਨ ਤਰ੍ਹਾਂ ਦੀ ਹਿਸਟਰੀ ਹੁੰਦੀ ਹੈ ਭਈ ਠੀਕ ਹੈ ਨਾ ਉਸ ਤੋਂ ਬਾਅਦ ਹਿਸਟਰੀ ਦੇ ਸਰੋਤ ਠੀਕ ਹੈ ਨਾ ਹਿਸਟਰੀ ਦੇ ਸਰੋਤ ਮਤਲਬ ਵੀ ਹਿਸਟਰੀ ਦੇਖੋ ਹਿਸਟਰੀ ਕੀ ਹੈ ਲੱਖਾਂ ਸਾਲ ਪੁਰਾਣਾ ਇਤਿਹਾਸ ਹੈ ਇੱਕ ਤਰ੍ਹਾਂ ਦਾ ਹਰਾਂ ਭਈ ਲੱਖਾਂ ਸਾਲ ਪਹਿਲਾਂ ਕੀ ਹੁੰਦਾ ਸੀ ਜਾਂ ਹਜ਼ਾਰਾਂ ਸਾਲ ਪਹਿਲਾਂ ਕੀ ਹੁੰਦਾ ਸੀ ਜਾਂ ਸੈਂਕੜੇ ਸਾਲ ਪਹਿਲਾਂ ਕੀ ਹੁੰਦਾ ਸੀ ਠੀਕ ਹੈ ਨਾ ਇਹ ਸਾਰਾ ਕੁਝ ਸਾਨੂੰ ਪਤਾ ਕਿੱਦਾਂ ਲੱਗਦਾ ਹੈ ਠੀਕ ਹੈ ਨਾ ਤਾਂ ਇਹਨਾਂ ਦੇ ਕਾਫੀ ਸਰੋਤ ਨੇ ਇਹ ਮੈਂ ਮੇਨ ਮੇਨ ਜੇ ਤੁਹਾਨੂੰ ਦੱਸ ਰਿਹਾ ਇੱਕ ਤਾਂ ਬੁਕਸ ਹੋ ਗਈ ਸਾਨੂੰ ਬਈ ਜਿਹੜੇ ਪੁਰਾਣੇ ਗ੍ਰੰਥ ਮਿਲਦੇ ਆ ਹਨਾ ਬੁਕਸ ਵਗੈਰਾ ਮਿਲਦੀਆਂ ਉਹਨਾਂ ਤੋਂ ਪਤਾ ਲੱਗ ਜਾਂਦਾ ਠੀਕ ਹੈ ਨਾ ਮੰਨ ਲਓ ਕਿਸੇ ਨੇ ਕੋਈ 2000 ਸਾਲ ਪਹਿਲਾਂ ਕੋਈ ਕਿਤਾਬ ਲਿਖੀ ਆ ਕੋਈ ਗ੍ਰੰਥ ਲਿਖਿਆ ਹੈ ਨਾ ਉਹ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਉਸ ਟਾਈਮ ਬਾਰੇ ਠੀਕ ਹੈ ਨਾ ਜਾਂ ਫਿਰ ਜਾਂ ਫਿਰ ਪਹਿਲਾਂ ਕੋਈ ਯਾਤਰੀ ਵਗੈਰਾ ਹੁੰਦੇ ਸੀ ਜਿਹੜੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਰਹੇ ਆ ਹਨਾ ਫਿਰ ਉਹ ਕੀ ਕਰਦੇ ਆ ਉਹ ਜਿੱਥੇ ਜਾਂਦੇ ਸੀ ਉੱਥੇ ਫਿਰ ਜੋ ਜੋ ਉਹਨਾਂ ਨੇ ਵੇਖਿਆ ਉਹ ਸਾਰਾ ਕੁਝ ਆਪਣੀ ਬੁੱਕ ਦੇ ਵਿੱਚ ਡਿਟੇਲ ਚ ਲਿਖ ਦਿੰਦੇ ਸੀ ਠੀਕ ਹੈ ਨਾ ਤਾਂ ਉਹ ਪੜ੍ਹ ਕੇ ਵੀ ਸਾਨੂੰ ਉਸ ਟਾਈਮ ਬਾਰੇ ਪਤਾ ਲੱਗ ਜਾਂਦਾ ਹੈ ਠੀਕ ਹੈ ਨਾ ਉਸ ਟਾਈਮ ਦੇ ਲੋਕ ਜਿਹੜੇ ਸੀਗੇ ਜਾਂ ਰਾਜਾ ਕੀ ਕਰਦਾ ਸੀ ਕਿਦਾਂ ਜੋ ਵੀ ਹੈ ਹੈ ਨਾ ਸਾਰਾ ਉਹ ਸਾਨੂੰ ਪਤਾ ਲੱਗ ਜਾਂਦਾ ਉਸ ਦਾ ਫਿਰ ਦੂਜੀ ਚੀਜ਼ਾਂ ਨੇ ਬਈ ਰੋਕ ਐਡਿਕਟਸ ਜਾਂ ਆਪਾਂ ਇਹਨਾਂ ਨੂੰ ਸੀਲਾ ਲੇਖ ਕਹਿੰਦੇ ਆ ਇਸ ਤੋਂ ਇਲਾਵਾ ਅਭਿਲੇਖ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਹੈ ਨਾ ਇਹਨਾਂ ਤੋਂ ਪਤਾ ਲੱਗ ਜਾਂਦਾ ਸਾਨੂੰ ਇਹ ਹੁੰਦੇ ਕੀ ਆ ਇੱਕ ਐਗਜ਼ਾਮਪਲ ਦੇਖੋ ਤੁਸੀਂ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਹੈ ਨਾ ਕੋਈ ਨੇਤਾ ਜਾਂ ਕੋਈ ਮੰਤਰੀ ਹੈ ਹੈ ਨਾ ਇਹ ਕਿਸੇ ਥਾਂ ਦਾ ਕੋਈ ਉਦਘਾਟਨ ਵਗੈਰਾ ਕਰਦੇ ਆ ਤਾਂ ਉੱਥੇ ਇੱਕ ਤਰ੍ਹਾਂ ਦਾ ਇੱਕ ਨੀ ਪੱਥਰ ਰੱਖਦੇ ਆ ਨਾ ਹਣਾ ਉਹ ਪੱਥਰ ਦੇ ਉੱਤੇ ਲਿਖਿਆ ਹੁੰਦਾ ਵੀ ਅੱਜ ਇੰਨੀ ਇੰਨੀ ਤਰੀਕ ਨੂੰ ਇਹ ਇਹ ਵਾਲੇ ਮੰਤਰੀ ਨੇ ਇਹ ਅਧਿਕਾਰੀ ਨੇ ਹਣਾ ਇਸ ਬਿਲਡਿੰਗ ਦਾ ਇੰਨੇ ਲਾਗਤ ਦੇ ਨਾਲ ਇਹ ਉਦਘਾਟਨ ਵਗੈਰਾ ਕਰਿਆ ਹਣਾ ਉਹ ਸਾਰਾ ਉਹ ਰੱਖ ਦਿੰਦੇ ਆ ਹਣਾ ਉਹ ਪਹਿਲੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਵੀ ਜਿਹੜੇ ਰਾਜਾ ਮਹਾਰਾਜਾ ਹੁੰਦੇ ਸੀ ਉਹ ਉਸ ਟਾਈਮ ਦੇਖੋ ਕੋਈ ਸੋਸ਼ਲ ਮੀਡੀਆ ਜਾਂ ਕੋਈ ਟੀਵੀ ਜਾਂ ਐਦਾਂ ਦਾ ਕੁਝ ਹੁੰਦਾ ਨਹੀਂ ਸੀ ਠੀਕ ਹੈ ਨਾ ਤਾਂ ਉਹਨਾਂ ਨੇ ਜਿਹੜੀ ਆਪਣੇ ਆਪਣੇ ਮੈਸੇਜ ਨੇ ਉਹ ਜਨਤਾ ਤੱਕ ਪਹੁੰਚਾਣੇ ਆ ਹਣਾ ਤਾਂ ਉਹ ਕੀ ਕਰਦੇ ਸੀ ਉਹ بڑے بڑے ਜਿਹੜੇ ਪੱਥਰ ਨੇ ਹਨਾ ਪੱਥਰ ਹੋਗੇ ਜਾਂ ਫਿਰ ਤੱਤੂਆਂ ਦੀ ਕੋਈ ਜਿਵੇਂ ਲੋਹੇ ਦੀ ਕੋਈ ਪਲੇਟ ਹੋਗੀ ਤਾਂਬੇ ਦੀ ਕੋਈ ਪਲੇਟ ਹੋਗੀ ਹਨਾ ਉਹਦੇ ਤੇ ਉਹ ਖਦਵਾ ਕੇ ਜਿਹੜੇ ਵੱਡੇ ਵੱਡੇ ਨਗਰ ਹੁੰਦੇ ਸੀ ਉਹਨਾਂ ਦੇ ਹਨਾ ਉਹਨਾਂ ਉੱਥੇ ਉਹਨਾਂ ਨੇ ਉਹ ਕੀ ਕਰਾ ਦਿਆ ਵੀ ਰਖਵਾ ਦਿੱਤੇ ਹਨਾ ਕੋਈ ਵੱਡੇ ਪੱਥਰ ਦੇ ਉੱਤੇ ਸਾਰਾ ਕੁਝ ਖਦਵਾ ਕੇ ਉਹ ਕਿਸੇ ਵੱਡੇ ਸਹਿਰੇ ਦੇ ਵਿੱਚ ਰਖਵਾਤਾ ਫਿਰ ਜਿਹੜੀ ਆndi ਜਾਂਦੀ ਪਰਜਾ ਉਹਨੂੰ ਦੇਖਦੀ ਸੀ ਤੇ ਰਾਜੇ ਦਾ ਜਿਹੜਾ ਮੈਸੇਜ ਸੀ ਉੱਥੇ ਤੱਕ ਪਹੁੰਚ ਜਾਂਦਾ ਸੀ ਠੀਕ ਹੈ ਨਾ ਤਾਂ ਇਹ ਅੱਜ ਵੀ ਮਿਲਦੇ ਆ ਠੀਕ ਹੈ ਨਾ ਕਾਫੀ ਮਿਲਦੇ ਆ ਜਿਹੜੇ ਅਸ਼ੋਕ ਦੇ ਮਿਲਦੇ ਆ ਠੀਕ ਹੈ ਨਾ ਉਸ ਤੋਂ ਬਾਅਦ ਦੇ ਜਿੰਨੇ ਵੀ ਰਾਜਾ ਹੋਏ ਆ ਗੁਪਤ ਵੰਸ਼ ਦੇ ਰਾਜਾ ਹੋਏ ਆ ਉਹਨਾਂ ਸਾਰਿਆਂ ਦੇ ਸਾਨੂੰ ਰੋਕ ਐਡਿਕਟ ਜਾਂ ਸੀਲ ਲੇਖ ਸਾਨੂੰ ਪ੍ਰਾਪਤ ਹੁੰਦੇ ਆ ਠੀਕ ਹੈ ਨਾ ਤਾਂ ਉਹਨਾਂ ਨੂੰ ਪੜ ਕੇ ਵੀ ਹਾਲਾਂਕਿ ਇਹ ਕਾਫੀ ਬਾਅਦ ਚ ਪੜੇ ਗਏ ਕਿਉਂਕਿ ਉਸ ਟਾਈਮ ਜਿਹੜੀ ਲਿਪੀ ਵਰਤੀ ਜਾਂਦੀ ਸੀ ਭਾਸ਼ਾ ਵਰਤੀ ਜਾਂਦੀ ਸੀ ਉਹ ਹੋਰ ਸੀ ਤੇ ਹੁਣ ਹੋਰ ਹੈ ਠੀਕ ਹੈ ਨਾ ਕਿਉਂਕਿ ਭਾਸ਼ਾ ਦੇ ਵਿੱਚ ਕੀ ਹੈ ਕੁਝ ਸਾਲਾਂ ਬਾਅਦ ਦੇ ਜਿਹੜੇ ਚੇਂजेस ਆਉਂਦੇ ਰਹਿੰਦੇ ਆ ਠੀਕ ਹੈ ਨਾ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿਦਾਂ ਭਾਸ਼ਾ ਚੇਂਜ ਹੁੰਦੀ ਹੈ ਫਿਰ ਬਾਅਦ ਚ ਉਹਨਾਂ ਨੂੰ ਪੜਿਆ ਗਿਆ ਹਨਾ ਪਰੰਤੂ ਵਾ ਸਾਨੂੰ ਪਤਾ ਲੱਗਿਆ ਕਿ ਇੰਨੇ ਹਜ਼ਾਰ ਸਾਲ ਪਹਿਲਾਂ ਇਹ ਰਾਜਾ ਹੁੰਦਾ ਸੀ ਉਹਨੇ ਇਹ ਇਹ ਕਰਿਆ ਇਹ ਯੁੱਧ ਲੜਿਆ ਉਹਨੇ ਇੱਥੋਂ ਜਿੱਤਿਆ ਇੱਥੇ ਹਾਰਿਆ ਉਹ ਸਾਰਾ ਕੁਝ ਸਾਨੂੰ ਇੱਥੋਂ ਪਤਾ ਲੱਗ ਜਾਂਦਾ ਠੀਕ ਹੈ ਨਾ ਤੇ ਇਸ ਤੋਂ ਇਲਾਵਾ ਹਿਸਟਰੀ ਬਾਰੇ ਸਾਨੂੰ ਖੁਦਾਈ ਦੀਆਂ ਚੀਜ਼ਾਂ ਤੋਂ ਵੀ ਪਤਾ ਲੱਗਦਾ ਹੈ ਹਨਾ ਧਰਤੀ ਦੇ ਵਿੱਚ ਜਦ ਖੁਦਾਈ ਹੁੰਦੀ ਹੈ ਕੋਈ ਪੁਰਾਣੀ ਚੀਜ਼ ਨਿਕਲਦੀ ਹੈ ਥੱਲੋਂ ਹਨਾ ਤਾਂ ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਇੰਨੇ ਸਾਲ ਪਹਿਲਾਂ ਕੀ ਹੋਇਆ ਸੀ ਜਾ ਜਿਵੇਂ ਮੰਨ ਲਓ ਕੋਈ ਲੱਕੜੀ ਦਾ ਕੋਈ ਖਿਡੌਣਾ ਮਿਲ ਗਿਆ ਜਾਂ ਕੋਈ ਤਾਂਬੇ ਦਾ ਖਿਡੌਣਾ ਮਿਲ ਗਿਆ ਹੈ ਨਾ ਤਾਂ ਉਹ ਪਤਾ ਲੱਗਦਾ ਵੀ 2000 ਸਾਲ ਪੁਰਾਣਾ ਇੱਕ ਖਿਡੌਣਾ ਹੈ ਤੇ ਉਸ ਟਾਈਮ ਲੋਕਾਂ ਨੂੰ ਤਾਂਬੇ ਬਾਰੇ ਵੀ ਪਤਾ ਸੀ ਐਦਾਂ ਕਰਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਠੀਕ ਹੈ ਨਾ ਤਾਂ ਇਹ ਹਿਸਟਰੀ ਦੇ ਕੁਝ ਕੀ ਨੇ ਸਰੋਤ ਨੇ ਬਾਈ ਕਲੀਅਰ ਹੈ ਤਾਂ ਇਹਨਾਂ ਤੋਂ ਸਾਨੂੰ ਹਿਸਟਰੀ ਬਾਰੇ ਪਤਾ ਲੱਗਦਾ ਤੇ ਇੱਕ ਹਿਸਟਰੀ ਪੜ੍ਹਨ ਤੋਂ ਪਹਿਲਾਂ ਇੱਕ ਆਪਾਂ ਇਹ ਛੋਟਾ ਜਿਹਾ ਟੌਪਿਕ ਕਲੀਅਰ ਕਰ ਲੈਂਦੇ ਆ ਬਾਈ ਈਸਵੀ ਤੇ ਈਸਾ ਪੂਰਵ ਇਹ ਹੁੰਦਾ ਕੀ ਹੈ ਜਾਂ ਫਿਰ ਇਹ ਆਪਾਂ ਲਿਖਦੇ ਆ ਏਡੀ ਬੀਸੀ ਸੀਈ ਇਹ ਸਾਰੇ ਕੀ ਨੇ ਹੈ ਨਾ ਇਹ ਵੀ ਕਾਫੀ ਸਟੂਡੈਂਟ ਇਹਨਾਂ ਦੇ ਵਿੱਚ ਕਨਫਿਊਜ਼ ਰਹਿੰਦੇ ਆ ਵੀ ਸਰ ਇਹ ਹੁੰਦਾ ਕੀ ਹੈ ਦੇਖੋ ਭਾਈ ਪਹਿਲਾਂ ਤਾਂ ਚਲੋ ਇਹਨਾਂ ਦੀ ਚਲੋ ਫੁੱਲ ਫਾਰਮ ਦਾ ਆਪਾਂ ਬਾਅਦ 'ਚ ਹੀ ਕਰਾਂਗੇ ਇਹਨਾਂ ਦੀ ਠੀਕ ਹੈ ਨਾ ਪਹਿਲਾਂ ਇਹ ਦੱਸੋ ਹੁਣ ਸਨ ਕਿਹੜਾ ਚੱਲ ਰਿਹਾ ਬਈ ਹੁਣ 2021 ਚੱਲ ਰਿਹਾ ਹੈ ਨਾ ਵਿਜ਼ੀਬਲ ਇੱਥੋਂ ਠੀਕ ਹੈ ਹੁਣ ਸਨ ਕਿਹੜਾ ਚੱਲ ਰਿਹਾ 2021 ਜੇ ਮੈਂ ਤੁਹਾਨੂੰ ਪੁੱਛਾਂ ਕਿ 21 ਸਾਲ ਪਹਿਲਾਂ ਕਿਹੜਾ ਸਨ ਚੱਲਦਾ ਸੀ ਤਾਂ 21 ਸਾਲ ਪਹਿਲਾਂ ਕਿਹੜਾ ਸਨ ਸੀ 2000 ਸਹੀ ਹੈ ਨਾ ਤਾਂ ਇਸ 2000 ਤੋਂ 2000 ਸਾਲ ਪਹਿਲਾਂ ਕਿਹੜਾ ਸਨ ਚੱਲਦਾ ਸੀ ਹੈਨਾ ਤਾਂ ਜ਼ੀਰੋ ਚ ਆਪਾਂ ਮੈਂ ਇੱਕ ਲਾ ਲਓ ਤੁਸੀਂ ਚੱਲਾ ਹੈਨਾ ਵੀ ਇਹ ਆ ਠੀਕ ਹੈ ਨਾ ਤਾਂ ਅੱਜ ਤੋਂ 2021 ਸਾਲ ਪਹਿਲਾਂ ਇੱਕ ਸੰਨ ਸੀਗਾ ਤਾਂ ਇਹਦਾ ਮਤਲਬ ਕੀ ਹੈ ਕਿ ਦੁਨੀਆ ਇਸ ਟਾਈਮ ਸ਼ੁਰੂ ਹੋਈ ਹੈ ਨਹੀਂ ਹੈਨਾ ਇਸ ਟਾਈਮ ਤੱਕ ਦੁਨੀਆ ਨਹੀਂ ਸ਼ੁਰੂ ਹੋਈ ਨਾ ਇਸ ਟਾਈਮ ਦਾ ਇੱਕ ਕੈਲੰਡਰ ਸ਼ੁਰੂ ਹੋਇਆ ਜਿਹੜਾ ਆਪਾਂ ਵਰਤ ਰਹੇ ਹਾਂ ਇਸ ਟਾਈਮ ਇਹਨਾਂ ਨੇ ਕਿਸੇ ਨੇ ਸੋਚਿਆ ਹੋਣਾ ਵੀ ਚਲੋ ਆਪਾਂ ਸਾਲ ਅਕਾਊਂਟ ਕਰਨੇ ਸ਼ੁਰੂ ਕਰਦੇ ਹਾਂ ਨਾ ਜਾਇ ਕਿ ਨਵਾਂ ਕੈਲੰਡਰ ਹੈ ਜਿਹੜਾ ਉਹ ਸ਼ੁਰੂ ਕਰ ਲਿਆ ਉਹਨੇ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਕਰਦੇ ਕਰਦੇ ਅੱਜ 2021 ਤੱਕ ਪਹੁੰਚ ਗਏ ਹਾਂ ਹਨਾ ਤਾਂ ਇਹ ਇੱਕ ਦੇ ਵਿੱਚ ਇਹੋ ਜੀ ਕੀ ਘਟਨਾ ਹੋਈ ਸੀ ਤਾਂ ਇੱਕ ਦੇ ਵਿੱਚ ਜਿਹੜੇ 크੍ਰਿਸਚੀਅਨ ਰਿਲੀਜੀਅਨ ਹੈ ਹਨਾ 크੍ਰਿਸਚੀਅਨ ਰਿਲੀਜੀਅਨ ਦਾ ਜਿਹੜਾ ਸੰਸਥਾਪਕ ਹੈ ਜੀਸਸ ਕ੍ਰਾਈਸ ਜਾਂ ਈਸਾ ਮਸੀਹ ਜਿਹਨੂੰ ਆਪਾਂ ਕਹਿੰਦੇ ਹਾਂ ਹੈ ਨਾ ਉਹਦਾ ਜਨਮ ਹੋਇਆ ਸੀ ਠੀਕ ਹੈ ਨਾ ਤਾਂ ਉਹਦੇ ਜਨਮ ਤੋਂ ਫਿਰ ਇਹ ਕੈਲੰਡਰ ਵਗੈਰਾ ਜਿਹੜਾ ਅੰਗਰੇਜ਼ਾਂ ਨੇ ਸ਼ੁਰੂ ਕਰਿਆ ਸੀ ਤੇ ਇੱਕ ਈਸਵੀ ਤੋਂ ਬਾਅਦ ਫਿਰ 2 ਈਸਵੀ 3 ਈਸਵੀ ਆਪਾਂ ਕਰਦੇ ਆ ਰਹੇ ਹਾਂ ਠੀਕ ਹੈ ਨਾ ਈਸਵੀ ਵੀ ਇਹੀ ਆ ਈਸਾਈ ਧਰਮ ਹੈ ਨਾ ਈਸਾਈ ਈਸਵੀ ਇਹ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ ਠੀਕ ਹੈ ਨਾ ਤਾਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਤਾਂ ਇਸ ਇੱਕ ਤੋਂ ਪਹਿਲਾਂ ਜਿਹੜੀ ਘਟਨਾਵਾਂ ਹੋਈਆਂ ਨੇ ਹੁਣ ਇਹ ਤਾਂ ਨਹੀਂ ਕਿ ਸਾਰੀ ਘਟਨਾ ਇੱਕ ਤੋਂ ਬਾਅਦ ਹੀ ਹੋਈਆਂ ਇਸ ਤੋਂ ਪਹਿਲਾਂ ਵੀ ਕਾਫੀ ਕੁਝ ਸੀ ਇਸ ਤੋਂ ਪਹਿਲਾਂ ਵੀ ਦੁਨੀਆ ਚੱਲੀ ਆ ਰਹੀ ਹੈ ਇਸ ਤੋਂ ਲੱਖਾਂ ਸਾਲ ਪਹਿਲਾਂ ਕਰੋੜਾਂ ਸਾਲ ਪਹਿਲਾਂ ਹੈ ਨਾ ਜਿੰਨੇ ਸਾਲ ਪਹਿਲਾਂ ਕੋਈ ਘਟਨਾ ਹੋਈ ਹੈ ਮੰਨ ਲਓ ਇਸ ਇੱਕ ਤੋਂ 10 ਸਾਲ ਪਹਿਲਾਂ ਕੋਈ ਘਟਨਾ ਹੋਈ ਸੀ ਤਾਂ ਉਹਨੂੰ ਆਪਾਂ ਲਿਖਦੇ ਆ 10 ઈਸਾ ਪੂਰਵ ਠੀਕ ਹੈ ਨਾ 10 ઈਸਾ ਪੂਰਵ ਯਾਨੀ ਈਸਵੀ ਤੋਂ ਪਹਿਲਾਂ ਸਮਝੇ ਹੋ ਗੱਲ ਇੱਕ ਇੱਕ ਤੋਂ ਬਾਅਦ ਜਿਹੜੀ ਘਟਨਾ ਹੋਈ ਹੈ ਉਹਦੇ ਪਿੱਛੇ ਤਾਂ ਆਪਾਂ ਲਿਖਦੇ ਆ ਈਸਵੀ ਕੀ ਲਿਖਦੇ ਆ ਈਸਵੀ ਤੇ ਇਸ 1 ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਜਿੰਨੇ ਵੀ ਸਾਲ ਪਹਿਲਾਂ ਕੋਈ ਘਟਨਾ ਹੋਈ ਹੈ ਉਹਦੇ ਪਿੱਛੇ ਆਪਾਂ ਲਿਖਾਂਗੇ ਇਸਵੀ ਪੂਰਵ ਮਤਲਬ ਇਸਵੀ ਤੋਂ ਪਹਿਲਾਂ ਸਮਝੋ ਗੱਲ ਠੀਕ ਹੈ ਤੇ ਇਹਨੂੰ ਜੇ ਆਪਾਂ ਇੰਗਲਿਸ਼ 'ਚ ਲਿਖਣਾ ਹੋਵੇ ਤਾਂ ਇਸ 1 ਤੋਂ ਬਾਅਦ ਜੋ ਵੀ ਘਟਨਾ ਹੋਈ ਹੈ ਉਹਦੇ ਪਿੱਛੇ ਆਪਾਂ ਲਿਖਦੇ ਹਾਂ ਸੀਈ 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 ਨੂੰ ਤੁਸੀਂ ਕਰੰਟ ਈਰਾ ਲਿਖ ਲਓ ਠੀਕ ਹੈ ਨਾ ਸੀਈ ਨੂੰ ਤੁਸੀਂ ਕੀ ਲਿਖ ਲਿਖ ਸਕਦੇ ਹੋ ਕਰੰਟ ਈਰਾ ਲਿਖ ਲਓ ਜਾਂ ਫਿਰ ਤੁਸੀਂ ਕ੍ਰਿਸਚੀਅਨ ਈਰਾ ਵੀ ਲਿਖ ਸਕਦੇ ਹੋ ਕੋਈ ਚੱਕਰ ਨਹੀਂ ਠੀਕ ਹੈ ਨਾ ਸੀਈ ਨੂੰ ਤੁਸੀਂ ਕਰੰਟ ਈਰਾ ਮਤਲਬ ਜਿਹੜਾ ਹੁਣ ਚੱਲ ਰਿਹਾ ਹੈ ਠੀਕ ਹੈ ਨਾ ਕਰੰਟ ਈਰਾ ਲਿਖ ਲਓ ਕ੍ਰਿਸਟਿਅਨ ਈਰਾ ਲਿਖ ਲਓ ਕੋਈ ਚੱਕਰ ਨਹੀਂ ਠੀਕ ਹੈ ਭਾਈ ਤਾਂ ਸੀਈ ਸ਼ੋਰਟ ਦੇ ਵਿੱਚ ਇਹ ਸੀਈ ਹੋ ਗਿਆ ਠੀਕ ਹੈ ਤੇ ਇਸ ਇੱਕ ਤੋਂ ਜੇ ਕੋਈ ਘਟਨਾ 10 ਸਾਲ ਪਹਿਲਾਂ ਹੋਈ ਸੀ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਇਸਵੀ ਪੂਰਵ ਲਿਖਦੇ ਹਾਂ ਇੰਗਲਿਸ਼ ਦੇ ਵਿੱਚ ਇਸ ਨੂੰ ਆਪਾਂ ਲਿਖਾਂਗੇ ਬਿਫੋਰ ਕਰੰਟ ਈਰਾ ਬਿਫੋਰ ਠੀਕ ਹੈ ਨਾ ਬਿਫੋਰ ਮਤਲਬ ਪਹਿਲਾਂ ਕਰੰਟ ਈਰਾ ਮਤਲਬ ਜਾਂ ਕ੍ਰਿਸਟਿਅਨ ਈਰਾ ਬਿਫੋਰ ਸੀਈ ਸਮਝ ਗਏ ਤਾਂ ਇਸ ਇੱਕ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਹੈ ਉਹਨੂੰ ਆਪਾਂ ਬੀ ਸੀ ਈ ਲਿਖਦੇ ਆ ਜਾਂ ਫਿਰ ਛੋਟੇ ਦੇ ਵਿੱਚ ਇਕੱਲਾ ਬੀ ਸੀ ਲਿਖ ਦਿੰਦੇ ਆ ਠੀਕ ਹੈ ਨਾ ਤੇ ਏ ਡੀ ਦਾ ਕੀ ਮਤਲਬ ਹੈ ਏ ਡੀ ਦਾ ਮਤਲਬ ਹੈ ਅਨੋ ਡੋਮਿਨੀ ਇਹ ਇੱਕ ਲਾਟਿਨ ਵਰਡ ਹੈ ਹੁਣ ਤਾਂ ਇਹਦਾ ਯੂਜ਼ ਆਪਾਂ ਨੇ ਬੰਦ ਕਰਤਾ ਇਹ ਵੀ ਆਪਾਂ ਸੀ ਈ ਦੀ ਥਾਂ ਤੇ ਯੂਜ਼ ਕਰ ਸਕਦੇ ਆ ਭਾਵੇਂ ਤੁਸੀਂ ਏ ਡੀ ਲਿਖ ਲਓ ਭਾਵੇਂ ਤੁਸੀਂ ਸੀ ਈ ਲਿਖ ਲਓ ਇੱਕ ਹੀ ਮਤਲਬ ਹੈ ਇਹਦਾ ਠੀਕ ਹੈ ਨਾ ਇੱਕ ਹੀ ਗੱਲ ਹੈ ਹੁਣ ਏ ਡੀ ਬੰਦ ਕਰਤਾ ਹੁਣ ਸੀ ਈ ਆਪਾਂ ਯੂਜ਼ ਕਰਦੇ ਆ ਠੀਕ ਹੈ ਨਾ ਤਾਂ ਸਿੰਪਲ ਜੀ ਗੱਲ ਹੈ ਬਈ ਇੱਕ ਈਸਵੀ ਦੇ ਵਿੱਚ ਜਨਮ ਹੋਇਆ ਸੀਗਾ ਜੀਸਸ ਕ੍ਰਾਈਸਟ ਦਾ ਈਸਾ ਮਸੀਹੀ ਦਾ ਤੇ ਉਸ ਤੋਂ ਬਾਅਦ ਦੀ ਘਟਨਾ ਦੇ ਪਿੱਛੇ ਆਪਾਂ ਈਸਵੀ ਲਿਖਦੇ ਆਂ ਯਾਨੀ ਸੀਈ ਕਰੰਟ ਈਰਾ ਕ੍ਰਿਸਚਨ ਈਰਾ ਤੁਸੀਂ ਕਹਿ ਲਓ ਠੀਕ ਹੈ ਤੇ ਇਸ ਇੱਕ ਤੋਂ ਪਹਿਲਾਂ ਦੀ ਜਿਹੜੀ ਘਟਨਾ ਹੋਈ ਹੈ ਉਹਦੇ ਪਿੱਛੇ ਆਪਾਂ ਬੀਸੀਈ ਲਿਖਦੇ ਆਂ ਯਾਨੀ ਬਿਫੋਰ ਕਰੰਟ ਈਰਾ ਬਿਫੋਰ ਕ੍ਰਿਸਚਨ ਈਰਾ ਤੁਸੀਂ ਜੋ ਮਰਜ਼ੀ ਕਹਿ ਲਓ ਠੀਕ ਹੈ ਨਾ ਬਿਫੋਰ ਕ੍ਰਾਈਸਟ ਈਰਾ ਵੀ ਤੁਸੀਂ ਕਹਿ ਸਕਦੇ ਹੋ ਤਾਂ ਹੋ ਗਿਆ ਕਲੀਅਰ ਠੀਕ ਹੈ ਨਾ ਤੇ 2021 ਹੁਣ ਕੀ ਲਿਖਾਂਗੇ ਆਪਾਂ ਇਹਨੂੰ ਸੀਈ ਯਾਨੀ 2021 ਕ੍ਰਿਸਟਿਅਨ ਇਰਾ ਜਾਂ ਕੈਲੈਂਡਰੀਆ ਨੈਕਸਟ ਸਭ ਤੋਂ ਤੱਕ ਕਲੀਅਰ ਹੋ ਗਿਆ ਹੋਣਾ ਜੇ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਾਂ ਫਿਰ ਮੈਸੇਜ ਕਰ ਲਿਓ ਆਪਾਂ ਉਹਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਸਨੂੰ ਪ੍ਰੋਬਲਮ ਨੂੰ ਜਿਹੜੀ ਤੁਹਾਡੀ ਹੈ ਉਹ ਆਪਾਂ ਸੋਲਵ ਕਰਾਂਗੇ ਠੀਕ ਹੈ ਕੋਈ ਤੁਹਾਡਾ ਡਾਊਟ ਹੈ ਹੁਣ ਆਪਾਂ ਇੰਡੀਅਨ ਹਿਸਟਰੀ ਨੂੰ ਦੇਖਾਂਗੇ ਬਾਈ ਕਿਉਂਕਿ ਆਪਾਂ ਨੇ ਇੰਡੀਅਨ ਹਿਸਟਰੀ ਪੜ੍ਹਨੀ ਹੈ ਤਾਂ ਇੰਡੀਆ ਦੀ ਹਿਸਟਰੀ ਹੈ ਉਹ ਆਪਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਇੰਡੀਆ ਦੀ ਹਿਸਟਰੀ ਨੂੰ ਆਪਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇ ਇਤਿਹਾਸ ਮੱਧਕਾਲੀਨ ਇਤਿਹਾਸ ਤੇ ਆਧੁਨਿਕ ਭਾਰਤ ਇਤਿਹਾਸ ਠੀਕ ਹੈ ਪ੍ਰਾਚੀਨ ਇਤਿਹਾਸ ਯਾਨੀ ਐਂਸ਼ੀਐਂਟ ਹਿਸਟਰੀ ਹੈ ਜਿਹੜੀ ਇਹ ਆਪਾਂ ਨੇ ਉਸ ਟਾਈਮ ਤੋਂ ਸ਼ੁਰੂ ਕਰੀ ਹੈ ਜਦੋਂ ਜਦੋਂ ਵੀ ਸਭ ਤੋਂ ਪੁਰਾਣੀ ਹੈ ਮਤਲਬ ਖੁਦਾਈ ਚ ਪ੍ਰੂਫ ਮਿਲਦੇ ਹਨਾ ਮੰਨ ਲਓ ਕੋਈ ਉਸ ਟਾਈਮ ਸਾਰੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਉਸ ਟਾਈਮ ਤੇ ਹਨਾ ਗੁਫਾ ਵਗੈਰਾ ਦੇ ਵਿੱਚ ਰਹਿੰਦੇ ਸੀ ਉਸ ਟਾਈਮ ਤੋਂ ਆਪਾਂ ਨੇ ਇਹ ਹਿਸਟਰੀ ਸ਼ੁਰੂ ਕਰੀ ਹੈ ਤੇ ਇਹ ਹਿਸਟਰੀ ਫਿਰ ਅੱਗੇ ਆਉਗੀ ਜਦੋਂ ਤੱਕ ਇੰਡੀਆ ਦੇ ਉੱਤੇ ਮੁਸਲਮਾਨ ਅਟੈਕ ਆਣੇ ਸ਼ੁਰੂ ਨਹੀਂ ਹੁੰਦੇ ਠੀਕ ਹੈ ਨਾ ਇੰਡੀਆ ਦੇ ਉੱਤੇ ਫਿਰ ਮੁਸਲਮਾਨ ਅਟੈਕ ਆਣੇ ਸ਼ੁਰੂ ਹੁੰਦੇ ਆ ਤੇ ਮੁਸਲਮਾਨ ਅਟੈਕ ਤੋਂ ਬਾਅਦ ਆਪਾਂ ਨੇ ਫਿਰ ਮੱਧਕਾਲੀਨ ਜਿਹੜੀ ਹਿਸਟਰੀ ਆ ਉਹ ਸ਼ੁਰੂ ਕਰੀ ਹੈ ਤੇ ਮੁਸਲਮਾਨ ਹਿਸਟਰੀ ਆਉਗੀ ਫਿਰ ਸਾਰੀ ਦੀ ਸਾਰੀ ਤੇ ਉਹਨਾਂ ਦੇ ਨਾਲ ਜਿਹੜੀ ਸਟਰਗਲ ਚੱਲੀ ਹੈ ਉਹ ਆਉਗੀ ਉਸ ਤੋਂ ਬਾਅਦ ਫਿਰ ਆਪਾਂ ਨੇ ਆਧੁਨਿਕ ਹਿਸਟਰੀ ਸ਼ੁਰੂ ਕਰੀ ਹੈ ਆਧੁਨਿਕ ਹਿਸਟਰੀ ਹੈ ਓਵਰ ਹਿਸਟਰੀ ਜਦੋਂ ਇੰਡੀਆ ਦੇ ਵਿੱਚ ਯੂਰੋਪੀਅਨਸ ਨੇ ਜਿਹੜੇ ਉਹ ਆਣਾ ਸ਼ੁਰੂ ਕਰਦੇ ਆ ਠੀਕ ਹੈ ਨਾ ਅੰਗਰੇਜ਼ ਵਗੈਰਾ ਪੁਰਤਗਾਲੀ ਵਗੈਰਾ ਉਹ ਆਂਦੇ ਪਹਿਲਾਂ ਆਪਾਂ ਪ੍ਰਾਚੀਨ ਹਿਸਟਰੀ ਤੋਂ ਸ਼ੁਰੂ ਕਰਾਂਗੇ ਫਿਰ ਉਸ ਤੋਂ ਬਾਅਦ ਮੀਡੀਵਲ ਤੇ ਫਿਰ ਮਾਡਰਨ ਠੀਕ ਹੈ ਨਾ ਇੱਕ ਓਵਰਵਿਊ ਆਪਾਂ ਦੇਖ ਲੈਂਦੇ ਹਾਂ ਕਿ ਕਿਹੜੇ ਕਿਹੜੇ ਟੌਪਿਕ ਆਪਾਂ ਨੇ ਪੜ੍ਹਨੇ ਆ ਸਭ ਤੋਂ ਪਹਿਲਾਂ ਆਪਾਂ ਨੇ ਪ੍ਰਾਚੀਨ ਭਾਰਤ ਤੇ ਹਾਂ ਸ਼ੁਰੂ ਕਰਨਾ ਹੈ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਹੈ ਆਪਣਾ ਸਟੋਨ ਏਜ ਸਟੋਨ ਏਜ ਯਾਨੀ ਪੱਥਰ ਯੁੱਗ ਤਾਂ ਇਹ ਉਹ ਵਾਲਾ ਯੁੱਗ ਹੈ ਬਈ ਜਿਸ ਟਾਈਮ ਦੇ ਵਿੱਚ ਸਾਰੇ ਮਤਲਬ ਕੋਈ ਵੀ ਆਪਾਂ ਨੂੰ ਕਿਸੇ ਵੀ ਮੈਟਲ ਦਾ ਨਹੀਂ ਪਤਾ ਸੀ ਸਾਰਾ ਕੁਝ ਆਪਾਂ ਪੱਥਰਾਂ ਦੇ ਰਾਹੀਂ ਹੀ ਕਰਦੇ ਸੀ ਉਹਨਾਂ ਦੇ ਟੂਲ ਬਣਾਉਂਦੇ ਸੀ ਠੀਕ ਹੈ ਨਾ ਤੇ ਜਿਹੜੇ ਇਨਸਾਨ ਹੈ ਉਹ ਗੁਫਾ ਵਗੈਰਾ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਇੱਕ ਟੋਪਿਕ ਆਊਗਾ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਸਿੰਧੂ ਘਾਟੀ ਦੀ ਸਭਿਅਤਾ ਉਹ ਆਪਾਂ ਪੜਾਂਗੇ ਠੀਕ ਹੈ ਫਿਰ ਵੈਦਿਕ ਯਾਜ ਆਊਗੀ ਠੀਕ ਹੈ ਜੀ ਵੈਦਿਕ ਯਾਜ ਜਿਹੜਾ ਵੈਦਿਕ ਯੁੱਗ ਹੈ ਉਹਦੇ ਬਾਰੇ ਸਾਨੂੰ ਜਿਹੜੇ ਆਪਣੇ ਵੇਦ ਨੇ ਰਿਗਵੇਦ ਸ਼ਾਮਵੇਦ ਯਜੁਰ ਤੇ ਅਥਰਵੇਦ ਇਹਨਾਂ ਤੋਂ ਪਤਾ ਲੱਗਦਾ ਠੀਕ ਹੈ ਨਾ ਆਰੀਅਨਸ ਜਦੋਂ ਆਏ ਆਂ ਇੰਡੀਆ ਦੇ ਵਿੱਚ ਤੇ ਹਾਰਿੰਸ ਬਾਰੇ ਪੜਾਂਗੇ ਆਪਾਂ ਉਸ ਤੋਂ ਬਾਅਦ ਫਿਰ ਕੀ ਹੈ ਵੈਦਿਕ ਕਾਲ ਤੋਂ ਬਾਅਦ ਦੋ ਨਵੇਂ ਧਰਮਾਂ ਦਾ ਜਨਮ ਹੁੰਦਾ ਬੁੱਧ ਧਰਮ ਤੇ ਜੈਨ ਧਰਮ ਉਹਨਾਂ ਬਾਰੇ ਪੜਾਂਗੇ ਠੀਕ ਹੈ ਨਾ ਤੇ ਸਮਾਜ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਸੋਸਾਇਟੀ ਕਿੱਦਾਂ ਦੀ ਹੁੰਦੀ ਹੈ ਉਹ ਸਾਰਾ ਕੁਝ ਆਪਾਂ ਪੜਾਂਗੇ ਉਸ ਤੋਂ ਬਾਅਦ ਫਿਰ ਕੀ ਹੈ ਇੰਡੀਆ ਦੇ ਵਿੱਚ ਛੋਟੇ-ਛੋਟੇ ਜਿਹੜੇ ਸਮਰਾਜ ਸੀਗੇ ਉਹ ਵੱਡਾ-ਵੱਡਾ ਮਤਲਬ ਸਮਰਾਜ ਬਣਨ ਦੀ ਰੇਸ 'ਚ ਲੱਗ ਜਾਂਦੇ ਆ ਠੀਕ ਹੈ ਉਹਨਾਂ ਉਹਨਾਂ ਦੀ ਅੰਦਰੂਨੀ ਸਟਰਗਲ ਤੋਂ ਬਾਅਦ ਜਿਹੜਾ ਮਗਧ ਹੈ ਹੈਨਾ ਮਗਧ ਜਿੱਤਦਾ ਤੇ ਮਗਧ ਫਿਰ ਸਾਰੇ ਜਿਹੜੇ ਹੋਰ ਸਮਰਾਜ ਸੀਗੇ ਉਹਨਾਂ ਨੂੰ ਖਤਮ ਕਰਕੇ ਇੱਕ ਸਭ ਤੋਂ ਵੱਡਾ ਸਮਰਾਜ ਬਣ ਕੇ ਉੱਭਰਦਾ ਹੈ ਜਿਹਨੂੰ ਆਪਾਂ ਮਹਾਜਨਪਦ ਕਹਿੰਦੇ ਆ ਤਾਂ ਆਪਾਂ ਉਹ ਮਹਾਜਨਪਦ ਕਾਲ ਪੜਾਂਗੇ ਮਗਧ ਮਹਾਜਨਪਦ ਬਾਰੇ ਪੜਾਂਗੇ ਉਸ ਤੋਂ ਬਾਅਦ ਫਿਰ ਕੀ ਹੈ ਇੰਡੀਆ ਦੇ ਉੱਤੇ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਬਾਰੇ ਪੜਾਂਗੇ ਤੇ ਕੁਝ ਵਿਦੇਸ਼ੀ ਆ ਜਿਹੜੇ ਉਹ ਇੰਡੀਆ ਦੇ ਵਿੱਚ ਆਪਣਾ ਜਿਹੜਾ ਸਮਰਾਜ ਹੈ ਉਹ ਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਉਹਨਾਂ ਬਾਰੇ ਵੀ ਪੜਾਂਗੇ ਤੇ ਉਹਨਾਂ ਦਾ ਕੀ ਯੋਗਦਾਨ ਰਿਹਾ ਤੇ ਆਪਣੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਕੀ ਕੀ ਚੇਂਜ ਆਇਆ ਉਹਨਾਂ ਕਰਕੇ ਉਹ ਸਾਰਾ ਆਪਾਂ ਪੜਾਂਗੇ ਸੰਗਮੇਜ ਬਾਰੇ ਪੜਾਂਗੇ ਵੀ ਸੰਗਮੇਜ ਸਾਊਥ ਦੀ ਜਿਹੜੀ ਹਿਸਟਰੀ ਆ ਤਾਮਿਲਨਾਡੂ ਵਗੈਰਾ ਦੀ ਉਹ ਜਿਵੇਂ ਆਪਾਂ ਨੇ ਨੌਰਥ ਦੇ ਵਿੱਚ ਵੈਦਿਕ ਯਜ ਪੜਿਆ ਤਾਂ ਸਾਊਥ ਦੇ ਵਿੱਚ ਕੀ ਆ ਸੰਗਮੇਜ ਆ ਆਪਾਂ ਉਹ ਵੀ ਪੜਾਂਗੇ ਤੇ ਫਿਰ ਨੌਰਥ ਦੇ ਵਿੱਚ ਦੁਬਾਰਾ ਆਪਣੇ ਉੱਤਰ ਭਾਰਤ ਦੇ ਵਿੱਚ ਗੁਪਤ ਦੁਬਾਰਾ ਆਉਂਦੇ ਆ ਠੀਕ ਆ ਨਾ ਮਤਲਬ ਜਿਹੜੇ ਵਿਦੇਸ਼ੀ ਆ ਪਹਿਲਾਂ ਉਹ ਆਪਣਾ ਰਾਜ ਸਟੈਬਲਿਸ਼ ਕਰਦੇ ਆ ਫਿਰ ਉਸ ਤੋਂ ਬਾਅਦ ਮਗਧ ਦੇ ਵਿੱਚ ਦੁਬਾਰਾ ਇੱਕ ਵੰਸ਼ ਉੱਭਰਦਾ ਜਿਹਨੂੰ ਆਪਾਂ ਗੁਪਤ ਵੰਸ਼ ਕਹਿੰਦੇ ਆ ਇਹਨਾਂ ਦਾ 2-300 ਸਾਲ ਰਾਜ ਰਹਿੰਦਾ ਇਹਨਾਂ ਬਾਰੇ ਪੜਾਂਗੇ ਇਸ ਤੋਂ ਬਾਅਦ ਫਿਰ ਵਰਦਨ ਵੰਸ਼ ਬਾਰੇ ਪੜਾਂਗੇ ਤੇ ਇਸ ਦੌਰਾਨ ਜਿਹਨੀ ਵੀ ਡਵੈਲਪਮੈਂਟ ਰਿਲੀਜੀਅਨ ਦੇ ਵਿੱਚ ਹੋਈ ਆ ਉਹ ਸਾਰਾ ਕੁਝ ਪੜਾਂਗੇ ਸਮਾਜ ਤੇ ਆਪਣੇ ਧਰਮ ਦੇ ਵਿੱਚ ਕੀ ਕੀ ਬਦਲਾਵਾ ਆ ਉਹ ਸਾਰੇ ਟੋਪਿਕ ਆਪਾਂ ਇਸ ਤੇ ਪੜਾਂਗੇ ਐਂਸ਼ੀਅੰਟ ਹਿਸਟਰੀ ਦੇ ਵਿੱਚ ਠੀਕ ਹੈ ਨਾ ਚਲੋ ਨੈਕਸਟ ਫਿਰ ਆਪਾਂ ਦੇਖਦੇ ਹਾਂ ਹਨਾ ਹੁਣ ਫਿਰ ਉਸ ਤੋਂ ਬਾਅਦ ਆਪਾਂ ਪੜਾਂਗੇ ਬਈ ਮੱਧਕਾਲੀਨ ਭਾਰਤ ਇਤਿਹਾਸ ਹਨਾ ਮੱਧਕਾਲੀਨ ਇਹ ਸਪੈਲਿੰਗ ਗਲਤ ਨੇ ਬਈ ਇਹ ਨਹੀਂ ਆਉਗਾ ਠੀਕ ਹੈ ਨਾ ਠੀਕ ਹੈ ਤੇ ਮੱਧਕਾਲੀਨ ਭਾਰਤ ਇਤਿਹਾਸ ਦੇ ਵਿੱਚ ਆਪਾਂ ਕੀ ਕੀ ਪੜਨਾ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਰਾਜਪੂਤ ਜਿਹੜਾ ਨਾਰਥ ਇੰਡੀਆ ਦਾ ਹਿਸਟਰੀ ਹੈ ਹੈਨਾ ਨਾਰਥ ਇੰਡੀਆ ਦੀ ਹਿਸਟਰੀ ਆ ਉੱਥੇ ਆਪਾਂ ਰਾਜਪੂਤ ਪੜਾਂਗੇ ਤੇ ਉਸੇ ਟਾਈਮ ਜਦੋਂ ਨਾਰਥ ਦੇ ਵਿੱਚ ਰਾਜਪੂਤ ਚੱਲ ਰਹੇ ਨੇ ਤਾਂ ਸਾਊਥ ਦੇ ਵਿੱਚ ਜਿਹੜੇ एंपਾਇਰ ਚੱਲ ਰਹੇ ਸੀਗੇ ਜਿਹੜੇ ਸਮਰਾਜ ਉਹਨਾਂ ਬਾਰੇ ਪੜਾਂਗੇ ਉਸ ਤੋਂ ਬਾਅਦ ਕੀ ਹੁੰਦਾ ਆ ਮੁਸਲਮਨ ਰਿਲੀਜੀਅਨ ਆਉਣ ਤੋਂ ਬਾਅਦ ਜਿਹੜੇ ਮੁਸਲਮਨ ਅਟੈਕ ਨੇ ਉਹ ਇੰਡੀਆ ਤੇ ਸ਼ੁਰੂ ਹੋ ਜਾਂਦੇ ਆ ਉਹ ਪੜਾਂਗੇ ਆਪਾਂ ਠੀਕ ਹੈ ਤੇ ਮੁਸਲਿਮਸ ਦੇ ਨਾਲ ਜਿਹੜੀ ਸਟਰਗਲ ਹੈ ਨਾਰਥ ਤੇ ਸਾਊਥ ਦੀ ਉਹ ਵੀ ਨਾਲ-ਨਾਲ ਪੜ ਕੇ ਫ ਦਿੱਲੀ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਆਪਣੀ ਸਲਤਨਤ ਜਿਹੜੀ ਇਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਉਹ ਆਪਾਂ ਨੇ ਦਿੱਲੀ ਸਲਤਨਤ ਪੜ੍ਹਨੀ ਹੈ ਠੀਕ ਹੈ 1192 ਤੋਂ ਲੈ ਕੇ ਜਿਹੜੀ ਦਿੱਲੀ ਸਲਤਨਤ ਹੈ ਉਹ 1526 ਤੱਕ ਚੱਲਦੀ ਹੈ 1526 ਦੇ ਵਿੱਚ ਹੁੰਦਾ ਕੀ ਹੈ 1526 ਦੇ ਵਿੱਚ ਜਿਹੜਾ ਬਾਬਰ ਹੈ ਹਨਾ ਉਹ ਅਟੈਕ ਕਰਦਾ ਹੈ ਤੇ ਪਾਣੀਪਤ ਦਾ ਪਹਿਲਾ ਯੁੱਧ ਹੁੰਦਾ ਹੈ ਉਸ ਯੁੱਧ ਤੋਂ ਬਾਅਦ ਜਿਹੜੀ ਦਿੱਲੀ ਸਲਤਨਤ ਹੈ ਉਹ ਖਤਮ ਹੋ ਜਾਂਦੀ ਹੈ ਤੇ ਨਾਰਥ ਦੇ ਵਿੱਚ ਮੁਗਲ ਜਿਹੜਾ ਸਮਰਾਜ ਹੈ ਉਹ ਸ਼ੁਰੂ ਹੁੰਦਾ ਹੈ ਬਾਬਰ ਦੇ ਦੁਆਰਾ ਠੀਕ ਹੈ ਨਾ ਤੇ ਦਿੱਲੀ ਸਲਤਨਤ ਜਦੋਂ ਨਾਰਥ ਦੇ ਵਿੱਚ ਚੱਲ ਰਹੀ ਸੀ ਉਸ ਟਾਈਮ ਸਾਊਥ ਦੇ ਵਿੱਚ ਇੱਕ ਨਵਾਂ ਸਮਰਾਜ ਵੀ ਬਣਦਾ ਸੀਗਾ ਵਿਜੇਨਗਰ ਸਮਰਾਜ ਉਹ ਵੀ ਆਪਾਂ ਨੇ ਪੜਨਾ ਇਹਦੇ ਤੇ ਵੀ ਕੁਐਸਚਨ ਕਾਫੀ ਆਉਂਦੇ ਆ ਠੀਕ ਹੈ ਨਾ ਤੇ ਫਿਰ ਮੁਗਲ ਸਮਰਾਜ ਚੱਲਦਾ ਹੈ ਤੇ ਮੁਗਲ ਸਮਰਾਜ ਦੇ ਨਾਲ ਫਿਰ ਜਿਹੜੀ ਸਟਰਗਲ ਚੱਲਦੀ ਆ ਉਹ ਸਾਊਥ ਦੇ ਵਿੱਚ ਮਰਾਠੇ ਹੁੰਦੇ ਆ ਤੇ ਆਪਣਾ ਜਿਹੜਾ ਪੰਜਾਬ ਵਾਲਾ ਇਲਾਕਾ ਹੈ ਨਾ ਉੱਥੇ ਸਿੱਖ ਇੱਕ ਨਵਾਂ ਰਿਲੀਜੀਅਨ ਬਣਦਾ ਤੇ ਇੱਕ ਨਵੀਂ ਫੋਰਸ ਤਿਆਰ ਹੁੰਦੀ ਹੈ ਤੇ ਉਹ ਫਿਰ ਮੁਗਲਾਂ ਦੇ ਨਾਲ ਇਹਨਾਂ ਦੀ ਸਟਰਗਲ ਵਗੈਰਾ ਚੱਲਦੀ ਹੈ ਠੀਕ ਹੈ ਨਾ ਤੇ ਇਸੇ ਦੌਰਾਨ ਜਿਹੜੇ ਹੋਰ ਰਿਲੀਜੀਅਨ ਦਾ ਨਵਾਂ ਕੋਈ ਬਣਦਾ ਨਹੀਂ ਜਿਹੜੇ ਭਗਤੀ ਮੂਵਮੈਂਟ ਨੇ ਉਹ ਚੱਲਦੇ ਨੇ ਹਨਾ ਨਵੇਂ ਜਿਹੜੇ ਸਾਧੂ ਸੰਤ ਨੇ ਹਨਾ ਉਹ ਸਾਰੇ ਕੁਝ ਜਿਹੜਾ ਸਮਾਜਿਕ ਤੇ ਧਾਰਮਿਕ ਬਦਲਾਅ ਹੈ ਉਹ ਲੈ ਕੇ ਆਉਂਦੇ ਆ ਉਹ ਵੀ ਆਪਾਂ ਨੇ ਪੜ੍ਹਨਾ ਹੈ ਭਗਤੀ ਮੂਵਮੈਂਟ ਦੇ ਵਿੱਚ ਠੀਕ ਹੈ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਪੜ੍ਹਾਂਗੇ ਭਾਈ ਆਧੁਨਿਕ ਭਾਰਤੀ ਇਤਿਹਾਸ ਬਾਰੇ ਮਾਡਰਨ ਹਿਸਟਰੀ ਮਾਡਰਨ ਹਿਸਟਰੀ ਆਪਾਂ ਉੱਥੋਂ ਸ਼ੁਰੂ ਕਰਾਂਗੇ ਜਦੋਂ ਜਿਹੜੇ ਯੂਰੋਪੀਅਨ ਸੀਗੇ ਹਨਾ ਉਹ ਇੰਡੀਆ ਦੇ ਵਿੱਚ ਆਣਾ ਸ਼ੁਰੂ ਕਰਦੇ ਆ ਅਰਾਈਵਲਸ ਆਫ ਯੂਰੋਪੀਅਨਸ ਜਿਹੜੇ ਸਭ ਤੋਂ ਪਹਿਲਾਂ ਪੁਰਤਗਾਲੀ ਆਂਦੇ ਹਨਾ ਪੋਸਟ ਤੋਂ ਬਾਅਦ ਫਿਰ ਹੋਰ ਆਂਦੇ ਆ ਜਿਵੇਂ ਪੁਰਤਗਾਲੀਆਂ ਤੋਂ ਬਾਅਦ ਠੀਕ ਹੈ ਫਿਰ ਉਹਨਾਂ ਉਹਨਾਂ ਸਾਰੇ ਯੂਰੋਪੀਅਨਸ ਦੇ ਵਿੱਚ ਜਿਹੜੇ ਬ੍ਰਿਟੇਨ ਵਾਲੇ ਨੇ ਹਨਾ ਬ੍ਰਿਟੇਨ ਵਾਲੇ ਨੇ ਉਹ ਆਪਣੀ ਪਾਵਰ ਜਿਹੜੀ ਉਹ ਐਕਸਪੈਂਡ ਕਰਦੇ ਆ ਤੇ ਉਹ ਬਾਕੀ ਸਾਰੇ ਯੂਰੋਪੀਅਨਸ ਨੂੰ ਸਾਈਡ ਲਾਈਨ ਕਰਕੇ ਇੰਡੀਆ ਦੇ ਵਿੱਚ ਆਪਣਾ ਜਿਹੜਾ ਸਮਰਾਜ ਹੈ ਉਹ ਐਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਠੀਕ ਹੈ ਨਾ ਉਹ ਪੜਾਂਗੇ ਫਿਰ ਉਹਨਾਂ ਦੇ ਉਹਨਾਂ ਦੀ ਜਿਹੜੀ ਸਪਰੈਸ਼ਨ ਹੈ ਉਹ ਕਰਨ ਤੋਂ ਬਾਅਦ ਹਨਾ ਜਿਹੜੇ ਬ੍ਰਿਟੇਨ ਵਾਲੇ ਨੇ ਉਹਨਾਂ ਦੀ ਜਿਹੜੀ ਸਪਰੈਸ਼ਨ ਹੈ ਉਹ ਉਹਨਾਂ ਨੇ ਪੁਰਤਗਾਲੀਆਂ ਦੀ ਵੀ ਘਰਤੀ ਬਾਕੀ ਸਾਰਿਆਂ ਦੀ ਘਰਤੀ ਤੇ ਆਪਣੇ ਜਿਹੜੇ ਲੋਕਲ ਰਾਜੇ ਸੀ ਉਹਨਾਂ ਦੀ ਵੀ ਸਪਰੈਸ਼ਨ ਕਰਨ ਤੋਂ ਬਾਅਦ ਉਹ ਆਪਣਾ ਰਾਜ ਜਿਹੜਾ ਸਟੈਬਲਿਸ਼ ਕਰ ਲੈਂਦੇ ਆ ਫਿਰ ਉਹਦਾ ਗੁੱਸਾ ਜਿਹੜਾ ਹੁੰਦਾ ਹੈ ਹਨਾ ਉਹ 1857 ਦੇ ਵਿਦਰੋਹ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਕਰਕੇ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਵਿਦਰੋਹ ਹੁੰਦਾ ਹੈ 1857 ਦਾ ਵਿਦਰੋਹ ਆਪਾਂ ਉਹ ਪੜਾਂਗੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਇੰਡੀਅਨਸ ਨੇ ਹਨਾ ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਕਿੱਦਾਂ ਪੈਦਾ ਹੋਈ ਹੈ ਕਿੱਦਾਂ ਫਿਰ ਆਪਾਂ ਨੇ ਫ੍ਰੀडम ਸਟਰਗਲ ਜਿਹੜੀ ਉਹ ਕਰੀ ਆ ਉਹਨਾਂ ਦੇ ਖਿਲਾਫ ਉਹ ਆਪਾਂ ਪੜਾਂਗੇ ਫਿਰ ਇੱਕ ਜਿਹੜੀ ਕਾਫੀ ਪੋਲਿਟੀਕਲ ਪਾਰਟੀਆਂ ਬਣਦੀਆਂ ਇੰਡੀਆ ਦੇ ਵਿੱਚ ਬਟ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪ੍ਰਸਿੱਧ ਪਾਰਟੀ ਬਣੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀ ਉਹਦੇ ਬਾਰੇ ਪੜਾਂਗੇ ਉਹਦਾ ਕੀ ਯੋਗਦਾਨ ਰਿਹਾ ਠੀਕ ਹੈ ਨਾ ਉਹਦੇ ਉੱਤੇ ਬਹੁਤ ਕੁਐਸਚਨ ਬਣਦੇ ਆ ਉਹ ਸਾਰਾ ਕੁਝ ਪੜਾਂਗੇ ਯਾਨੀ ਕਿ ਕੁੱਲ ਮਿਲਾ ਕੇ ਆਪਾਂ ਪੂਰੀ ਫਰੀडम ਸਟਰਗਲ ਪੜਾਂਗੇ ਇਸ ਤੋਂ ਇਲਾਵਾ ਜਿਹੜੀ ਹੋਰ ਕ੍ਰਾਂਤੀਕਾਰੀ ਗਤੀਵਿਧੀਆਂ ਨੇ ਹਨਾ ਉਹ ਸਾਰੀ ਕੁਝ ਆਪਾਂ ਨੇ ਆਓ ਸਾਰਾ ਕੁਝ ਆਪਾਂ ਨੇ ਸਟੱਡੀ ਕਰਨਾ ਹੈ ਮਾਡਰਨ ਹਿਸਟਰੀ ਦੇ ਵਿੱਚ ਤੇ ਉਹ ਸਾਰਾ ਕੁਝ ਆਪਾਂ ਪੜਾਂਗੇ ਠੀਕ ਹੈ ਨਾ ਤਾਂ ਬਾਕੀ ਵੀਡੀਓ ਕਿਹੋ ਜੀ ਲੱਗੀ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਇਸ ਤੋਂ ਇਲਾਵਾ ਜਿਹੜੀ ਸਾਡੀ ਆਪਣੀ ਐਪਲੀਕੇਸ਼ਨ ਹੈ ਉਹ ਤੁਸੀਂ ਨੀਚੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਆ ਲਿੰਕ ਹੈ ਉੱਥੋਂ ਡਾਊਨਲੋਡ ਕਰ ਲਿਓ ਬਾਕੀ ਜਿੰਨੇ ਵੀ ਪੀਪੀਐਸਸੀ ਦੇ ਰਿਲੇਟਡ ਕੋਰਸ ਨੇ ਉਹ ਤੁਹਾਨੂੰ ਸਾਰੇ ਉੱਥੇ ਮਿਲ ਜਾਣਗੇ ਠੀਕ ਹੈ ਜੀ ਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਥੈਂਕ ਯੂ